लुधियाना के आलमगीर गांव के डेल्टा कॉलोनी के खाली प्लाट में से पुलिस को लवारिस बम मिले हैं। इनमें से 26 गोले तथा 4 ग्रेनेड हैं। पुलिस के अनुसार आलमगीर गांव के सामने डेल्टा सिटी नाम की एक नई कॉलोनी बन रही है, जिसमें अभी चंद घर ही बने हैं, बाकी कॉलोनी सुनसान है। पुलिस को इस बाबत सूचना मिलते ही पुलिस मौके पर पहुंची। पुलिस के अनुसार ये तोप के गोले लगते हैं। इन बम्बों की तफ्तीश के लिए आर्मी की बम स्क्वाड टीम को बुलाया जा रहा है, ताकि इस बात का पता चल सके कि इनमें से कितने बम जिंदा है और कितने ना चलने योग्य। फिलहाल पुलिस ने इलाके की घेराबंदी कर इन बमों को रेत की बोरियों से कवर कर दिया है और मामले की जांच में जुट चुकी है। डेलो से अरुण भोगल। ਉੱਥੇ ਡੈਲਟਾ ਸਿਟੀ ਦਾ ਇੱਕ ਕੇਅਰ ਟੇਕਰ ਹੀ ਉਹਨੇ ਸਾਨੂੰ ਦੱਸਿਆ ਵੀ ਇੱਥੇ ਲਵਾਰ ਸ ਜਿਹੜੇ ਬੰਬ ਪਏ ਆ, ਅਸੀਂ ਮੌਕੇ ਤੇ ਆਣ ਕੇ ਪੜਤਾਲ ਕੀਤੀ ਆ। ਜਿਹੜੇ 36 ਉਹਦੇ 'ਚ ਹੈਗੇ ਆ ਤੋਪ ਦੇ ਗੋਲੇ ਆ, ਤੇ 26 ਆ, 26 ਤੋਪ ਦੇ ਗੋਲੇ ਆ, ਤੇ 4 ਗਰਨੇਡ ਆ, 4 ਲੱਗੀ ਹੋਈ ਆ। ਉਹ ਜਰ ਲੱਗੀ ਜਿਹੜੀ ਪੁਰਾਣੀ ਆ ਉਹ ਹਲੇ ਵੀ ਵੈਰੀਫਾਈ ਕਰ ਰਹੇ ਆ। ਉਹ ਬੰਬ ਸਕਾਟ ਟੀਮ ਬੁਲਾਈ ਆ, ਅਸੀਂ ਬਦੋਵਾਲ ਤੋਂ ਆ ਰਹੀ ਆ, ਉਹ ਵੈਰੀਫਾਈ ਕਰਕੇ ਉਹਦੇ ਬਾਰੇ ਹੀ ਦੱਸਣ। ਪਤਾ ਕਿਵੇਂ ਲੱਗਾ ਕਿ ਉੱਥੇ ਬੰਬ ਜਿਹੜੇ ਪਏ? ਉੱਥੇ ਸਰ ਜਿਹੜਾ ਬੰਦਾ ਸੀ ਉੱਥੇ ਇੱਕ ਮਕਾਨ ਮਾਰਿਆ, ਉਹਨੇ ਦੱਸਿਆ ਆਣ ਕੇ ਸਾਨੂੰ ਸਰ। ਮੋਹਨ ਬਾਗ ਨੇ ਬਾਹਰ ਉਹ ਕਿੰਨੇ ਕਿਵੇਂ ਪਤਾ ਲੱਗੇ ਸਰ? ਇਹ ਕਰੀਬ ਸਾਨੂੰ 11:30 ਪਤਾ ਲੱਗਾ ਜੀ। ਕਿਹੜੀ ਥਾਂ ਮਿਲੇ ਨੇ ਜੀ? ਇਹ ਸਰ ਆਲਮਗੀਰ ਦੇ ਆਪੋਜਿਟ ਡੈਲਟਾ ਸਿਟੀ ਕਲੋਨੀ ਹੈ ਜੀ। ਉਹ ਹਾਲੇ ਬਣ ਰਹੀ ਆ ਨਵੀਂ ਕਲੋਨੀ, ਇੱਕ ਦੋ ਹੀ ਮਕਾਨ ਬਣੇ ਉੱਥੇ, ਤੇ ਬਾਕੀ ਸਾਰੇ ਖਾਲੀ ਪਲਾਟ ਪਏ ਆ। ਇਹ ਬਾਹਰੋਂ ਲਿਆ ਕੇ ਗਏ ਨੇ ਇੱਥੇ ਸੁੱਟੇ। ਇਹ ਲੱਗਦਾ ਜਿਵੇਂ ਕਿਸੇ ਕੁਆਡ ਕੋਟ ਚ ਬਾਹਰੋਂ ਆ ਗਏ ਹੋਣ, ਉਹ ਇੱਥੇ ਲਵਾਸ ਜਗ੍ਹਾ ਵੇਖ ਕੇ ਸੁੱਟੇ। ਉਹਦੇ ਗੋਲੇ ਮਿਲੇ ਆ ਤੇ 4 ਗ੍ਰਨੇਡ ਮਿਲੇ ਸਰ। ਇਹ ਗੋਲੇ ਕਾਹਦੇ ਨੇ ਸਰ? ਉਹ ਇਹ ਹੈਗੇ ਆ ਜੀ ਆਪਣੇ ਤੋਪ ਦੇ ਗੋਲੇ ਲੱਗਦੇ ਆ ਜੀ। ਇਹਨੂੰ ਜੰਗਾਲ ਵਗੈਰਾ ਲੱਗਾ ਹਾਲੇ ਕਾਫੀ, ਹਾਲੇ ਚੈੱਕ ਕਰਾਂਗੇ ਜਿਹੜੀ ਮਾਹ ਟੀਮ ਆਊਗੀ। ਕੋਈ ਚੱਲੇ ਹੋਏ ਵੀ ਨੇ ਸਰ ਜਾਂ ਜਿੰਦਾ ਹੀ? ਉਹ ਵਿੱਚ ਚੱਲੇ ਵੀ ਆ ਜੀ, ਕਈ ਚੱਲੇ ਵੀ। ਹਾਂ ਚੱਲੇ।